ਪੰਜਾਬ 108 ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਣ ਕੇ ਪ੍ਰਗਟ ਸਿੰਘ ਰਾਜਾਣਾ ਵੱਲੋਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਰੋਨਾ ਦੀ ਵਾਇਰਸ ਬਿਮਾਰੀ ਕਰਕੇ ਪੂਰੇ ਵਰਲਡ 'ਚ ਹੀ ਇੱਕ ਤਰਥੱਲੀ ਮੱਚੀ ਹੋਈ ਹੈ ਤੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਤੇ ਲੋਕ ਆਪਣੇ ਘਰਾਂ ਦੇ ਵਿੱਚ ਵੜ ਕੇ ਆਪਣੇ ਘਰਾਂ ਦੇ ਵਿੱਚ ਹੀ ਰਹਿ ਕੇ ਇਸ ਕਰੋਨਾ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਆਪਣੇ ਘਰਾਂ ਵਿੱਚ ਬੰਦ ਨੇ ਪਰ ਆਹ ਬੇਜਵਾਨ ਪਸ਼ੂ ਜਿਹੜੇ ਮੇਰੇ ਪਿੱਛੇ ਦੇਖ ਰਹੇ ਹੋ ਇਹ ਬੇਜਵਾਨ ਪਸ਼ੂ ਕਿੱਧਰ ਜਾਣ ਸੋ ਇਹਨਾਂ ਬੇਜਵਾਨ ਪਸ਼ੂਆਂ ਲਈ ਗਊਆਂ ਲਈ ਬਾਗੇ ਪ੍ਰਣੇ ਦੇ ਇਹ ਹੋਣਹਾਰ ਨੌਜਵਾਨਾਂ ਨੇ ਬੀੜਾ ਚੁੱਕਿਆ ਹੈ ਕਿ ਅਸੀਂ ਇਹਨਾਂ ਬੇ ਬੇਜਵਾਨੇ ਜਾਨਵਰਾਂ ਲਈ ਅਸੀਂ ਇਹਨਾਂ ਨੂੰ ਭੁੱਖੇ ਨਹੀਂ ਮਰਨ ਦੇਾਂਗੇ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚੋਂ ਇਹ ਹਰਾ ਚਾਰਾ ਲਿਆ ਕੇ ਸਾਰੇ ਸ਼ਹਿਰ ਦੇ ਜਿ ਲਵਾਰਸ ਫਿਰਦੇ ਉਹਨਾਂ ਪਸ਼ੂਆਂ ਨੂੰ ਇਹ ਹਰਾ ਚਾਰਾ ਦੇ ਕੇ ਉਹਨਾਂ ਦਾ ਢਿੱਡ ਭਰਨਾ ਇਹਨਾਂ ਨੇ ਜ਼ਰੂਰੀ ਸਮਝਿਆ ਤੇ ਅਸੀਂ ਵੀ ਆਪਣੀ ਪੰਜਾਬ 10 ਨਿਊਜ਼ ਦੀ ਟੀਮ ਵੱਲੋਂ ਇਹਨਾਂ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ ਕਿ ਬੰਦਾ ਤਾਂ ਕਿਤੋਂ ਵੀ ਤੋਰ ਫਿਰ ਕੇ ਜਾਂ ਕਿਸੇ ਹੋਰ ਸੋਰਸ ਰਾਈ ਆਪਣਾ ਢਿੱਡ ਭਰ ਲੂਗਾ ਪਰ ਇਹ ਬੇਜबान ਪਸ਼ੂ ਕਿੱਦਾਂ ਆਪਣਾ ਢਿੱਡ ਭਰਨਗੇ ਸੋ ਮੈਂ ਜਿਹੜਾ ਹੈਗਾ ਅੱਜ ਇਹਨਾਂ ਨੌਜਵਾਨਾਂ ਨੂੰ ਬਹੁਤ-ਬਹੁਤ ਇਸ ਗੱਲ ਦੀ ਵਧਾਈ ਦਿਨਾ ਤੇ ਨਾਲ ਹੀ ਨਾਲ ਜਿਹੜਾ ਮੈਂ ਦੂਜੇ ਇਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਮੁਬਾਰਕਬਾਦ ਕਹਿਣਾ ਤੇ ਨਾਲ ਲੋਕਾਂ ਨੂੰ ਇਹ ਵੀ ਕਹਿਣਾ ਕਿ ਇਹਨਾਂ ਦੇ ਇਸ ਕੰਮ ਦੇ ਵਿੱਚ ਸਾਨੂੰ ਸਾਡੇ ਸਾਰੇ ਬਾਗਾ ਪ੍ਰਾਣਾਵਾਸੀਆਂ ਨੂੰ ਸਹਿਯੋਗ ਕਰਨਾ ਚਾਹੀਦਾ ਇਹਨਾਂ ਦੇ ਇਸ ਕੰਮ ਦੇ ਨਾਲ ਚਾਹੇ ਉਹ ਪੱਠਿਆਂ ਵਜੋਂ ਹੋਵੇ ਚਾਹੇ ਟਰੈਕਟਰ 'ਚ ਤੇਲ ਪਾਉਣ ਦੀ ਹੋਈ ਗੱਲ ਹੋਵੇ ਜਿੰਨਾ ਵੀ ਕੋਈ ਇਸ ਕਰੋਨਾ ਭਰੇ ਸਮੇਂ ਦੇ ਵਿੱਚ ਇਹਨਾਂ ਬੇਜਵਾਨ ਪਸ਼ੂਆਂ ਲਈ ਕੋਈ ਵੀ ਆਪਣਾ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦਾ ਹੈ ਮੰਨ ਲਓ ਇੱਕ ਬੰਦੇ ਕੋਲ ਪੱਠੇ ਨਹੀਂ ਤਾ ਉਹਦੀ ਸੇਵਾ ਤਾਂ ਕਰੀ ਸਕਦਾ ਹੈ ਨਾ ਜਿੱਦਾਂ ਇਹ ਨੌਜਵਾਨ ਕਰ ਰਹੇ ਆ ਸੋ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਬੇਜਵਾਨ ਪਸ਼ੂਆਂ ਲਈ ਕੰਮ ਕਰਨਾ ਸੇਵਾ ਕਰਨੀ ਸੋ ਮੈਂ ਤਾਂ ਇਹ ਵੀ ਕਹੂੰਗਾ ਕਿ ਕੱਲੀਆਂ ਗਊਆਂ ਹੀ ਨਹੀਂ ਕੱਲੀਆਂ ਗਊ ਮਾਤਾ ਹੀ ਨਹੀਂ ਬਾਜ਼ਾਰ ਦੇ ਵਿੱਚ ਜੇ ਤੁਹਾਨੂੰ ਹੋਰ ਵੀ ਕੋਈ ਪਸ਼ੂ ਮਿਲਦਾ ਹੈ ਚਾਹੇ ਉਹ ਮੱਝ ਹੋਵੇ ਝੋਟਾ ਹੋਵੇ ਜਾਂ ਉਹ ਕੋਈ ਵੀ ਜਾਨਵਰ ਹੋਵੇ ਜੋ ਬੇਜਵਾਨ ਪਸ਼ੂ ਹੈ ਤੁਸੀਂ ਉਹਨਾਂ ਨੂੰ ਵੀ ਇੱਦੇ ਤਰ੍ਹਾਂ ਇਸੇ ਤਰ੍ਹਾਂ ਹੀ ਹਰਾਚਾਰਾ ਜਿਹੜਾ ਹੈਗਾ ਤੁਸੀਂ ਪਾ ਕੇ ਉਹਨਾਂ ਦਾ ਢਿੱਡ ਭਾਰੋਂ ਸੋ ਸਾਡੇ ਨਾਲ ਕੁਝ ਨੌਜਵਾਨ ਆ ਸੀ ਉਹਨਾਂ ਨਾਲ ਗੱਲ ਕਰਾਂਗੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਵੀਰ ਤੁਹਾਡਾ ਅਰਜਨ ਸਿੰਘ ਪੱਟੀ ਜੀ ਕਿੱਥੋਂ ਇਹ ਸਾਰਾ ਫਿਰ ਉਪਰਾਲਾ ਕਰਦੇ ਹੋ ਤੁਸੀਂ ਜਿਹੜਾ ਕਿੰਨੇ ਦਿਨਾਂ ਤੋਂ ਕਰ ਰਹੇ ਹੋ ਇਹ ਅਸੀਂ ਜੀ 2 ਦਿਨ ਤੋਂ ਕਰ ਰਹੇ ਆ ਜਿੰਨੇ ਵੀ ਮੁੰਡੇ ਆ ਸਾਡੇ ਸੇਵਾਦਾਰ ਸਾਰੇ ਜੀ ਤੇ ਕੁਛ ਵੀਰ ਸਾਨੂੰ ਕਹਿੰਦੇ ਵੀ ਸਾਡੇ ਖੇਤਾਂ ਚੋਂ ਲੱਗ ਨਹੀ ਵੀ ਕਿਸੇ ਕੋਲੇ ਖੇਤਾ ਜੇ ਕਾਟਾ ਤੇ ਅਸੀਂ ਖੋਦ ਕੇ ਲਿਆ ਰਹੇ ਆ ਜੀ ਜੀ ਠੀਕ ਹੈ ਜੀ ਅਸੀਂ ਆਪਣੇ ਆਪ ਨੂੰ ਇਸ ਕੰਮ ਦੇ ਸੇਵਾਦਾਰ ਸਮਝ ਰਹੇ ਹਾਂ ਪਰ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਵੀ ਜੋ ਵੀ ਅੱਗੇ ਜਿੱਥੋਂ ਤੱਕ ਸਾਡੀ ਜਾ ਰਹੀ ਆਵਾਜ਼ ਵੀ ਘਰਾਂ 'ਚ ਬੈਠਿਆ ਹੁੰਦਾ ਸਾਰਾ ਰਾਸ਼ਨ ਪਹੁੰਚਾਈ ਜਾ ਰਿਹਾ ਤੇ ਪਰ ਬੇਨਤੀ ਸਾਡੀ ਇਹ ਹੈ ਵੀ ਜੋ ਵੀ ਕੋਈ ਕਿਸੇ ਵੀਰ ਨੇ ਪੱਠੇ ਵਢਾਉਣੇ ਆ ਤੇ ਸਾਨੂੰ ਥੋੜੇ ਚੈਨਲਾਂ ਹੀ ਦੱਸ ਸਕਦਾ ਟਰੈਕਟਰ ਸਾਡਾ ਤੇ ਸੇਵਾਦਾਰ ਸਾਡੇ ਫਟ ਕੇ ਆਪ ਤੁਹਾਡੇ ਕੋਲੇ ਆਉਣਗੇ ਚਲੋ ਤੁਸੀਂ ਚੈਨਲਾਂ ਹੀ ਬੇਨਤੀ ਕੀਤੀ ਆ ਉਹਨਾਂ ਲੋਕਾਂ ਨੂੰ ਤੇ ਤੁਸੀਂ ਆਪਣਾ ਕੋਈ ਕੰਟੈਕਟ ਨੰਬਰ ਵੀ ਦੇ ਦਿਓ ਕਿਸੇ ਪਿੰਡ ਦੇ ਕਿਸੇ ਸ਼ਹਿਰ ਦੇ ਦੋਸਤ ਨੇ ਕਿਸੇ ਨੇ ਕੋਈ ਪੱਠੇਦਾਨ ਕਰਨੇ ਹੋਣ ਤੁਹਾਨੂੰ ਸੰਪਰਕ ਬਣਾ ਕੇ ਬੜਾ ਸਕੇ ਕੋਈ ਆਪਣਾ ਨੰਬਰ ਆਪਣਾ ਇੱਕ ਕੋਈ ਮੋਬਾਈਲ ਨੰਬਰ ਬੋਲ ਦਿਓ ਜਿਹਦੇ ਨਾਲ ਕੋਈ ਤੁਹਾਡਾ ਨਾਲ ਸੰਪਰਕ ਕਰ ਸਕੇ 7815997363 ਕੀ ਨਾਮ ਹੈ ਕਕੇ ਮੇਰਾ ਨੰਨਾ ਨਵਜੋਤ ਸਿੰਘ ਜੀ ਸੋ ਨਵਜੋਤ ਸਿੰਘ ਨਾਲ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀ ਇਹਨਾਂ ਦੀ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਸਾਡੇ ਸ਼ਹਿਰ ਦਾ ਕੋਈ ਪਸ਼ੂ ਭੁੱਖਾ ਨਾ ਮਰੇ ਕਟੋ-ਕਟ ਅੱਜ ਜਿਹੜਾ ਕਰੋਨਾ ਦੀ ਬਿਮਾਰੀ ਜਿਹੜੀ ਲੋਕਾਂ ਤੇ ਆਫਤ ਬਣ ਕੇ ਆਈ ਹੈ ਜਾਨਵਰਾਂ ਤੇ ਵੀ ਆਫਤ ਹੈ ਸੋ ਅੱਜ ਲੋੜ ਹੈ ਅਜਿਹੇ ਨੌਜਵਾਨਾਂ ਦੀ ਜੋ ਇਹਨਾਂ ਬੇਜਵਾਨ ਪਸ਼ੂਆਂ ਲਈ ਆਪਣਾ ਕੰਮ ਛੱਡ ਕੇ ਜਾਂ ਆਪਣਾ ਸਮਾਂ ਇਹਨਾਂ ਦੀ ਸੇਵਾ ਵਿੱਚ ਲਗਾ ਕੇ ਇਹਨਾਂ ਨੇ ਇਹ ਉਪਰਾਲਾ ਕੀਤਾ ਹੈ ਕੈਮਰਾਮੈਨ ਗੁਰਪ੍ਰੀਤ ਅਟਵਾਲ ਨਾਲ ਪੰਜਾਬ 10 ਨਿਊਜ਼ ਟੀਵੀ ਲਈ ਬਾਗਾ ਪ੍ਰਾਣਾ ਤੋਂ ਪ੍ਰਗਟ ਸਿੰਘ ਰਾਜਿਆਣਾ ਪੰਜਾਬ 10 ਨਿਊਜ਼ ਟੀਵੀ ਬਾਗਾ ਪ੍ਰਾਣਾ